ਸਾਜਿਕਾ ਸਾਰਿਆਂ ਨੂੰ ਕੀ ਹਾਲ ਚਾਲ, ਸਵਾਗਤ ਤੁਹਾਡਾ ਇੱਕ ਹੋਰ ਗੱਲਾਂ ਬਾਤਾਂ ਦੇ ਰੋਮਾਂਚਿਕ ਪ੍ਰੋਗਰਾਮ ਦੇ ਵਿੱਚ। ਅੱਜ ਆਪਾਂ ਗੱਲ ਕਰਾਂਗੇ ਐਂਜਲ ਸ਼ਿਵਮ ਦੀ। ਰੋਜ਼ ਹੀ ਗੱਲ ਕਰਦੇ ਐਂਜਲ ਸ਼ਿਵਮ, ਮਯੰਕ, ਦੀਪਾ ਅਤੇ ਗੁਰਲਾਲ ਬਾਵਾ ਅਤੇ ਇੱਕ ਅੱਧਾ ਹੋਰ ਲਵ ਸਟੋਰੀਆਂ ਵਾਲਾ, ਮਤਲਬ ਮੇਨ ਪੰਜ ਬੰਦੇ ਹੀ ਹਨ, ਇਹੀ ਲੈ ਕੇ ਬੈਠੇ, ਬਾਕੀ ਕਿੱਥੋਂ ਸੁਤਣਗੇ। ਬਾਕੀਆਂ 'ਚ ਚੱਲਦੀ ਹੈ ਭੋਰਾ ਭਰਾਈ, ਮੈਨੂੰ ਮਾੜਾ ਸੁਗੈਸਟ ਕਰਿਓ, ਮੈਂ ਇਹ ਨਹੀਂ ਕਹਿੰਦਾ ਮੈਨੂੰ ਸਕ੍ਰਿਪਟਾਂ ਦਿਓ, ਮੈਨੂੰ ਸੁਗੈਸਟ ਕਰੇ ਹੋਰ ਕਿਹੜਾ ਕੱਪਲ ਹੈ, ਇੰਨਾ ਵਾਂਗੂ ਭੋਰਦਾ ਹੀ ਹੈ ਜਿਹੜਾ। ਸੋ ਉਹਨਾਂ 'ਤੇ ਵੀ ਰੋਮਾਂਚਿਕ ਪ੍ਰੋਗਰਾਮ ਕਰਾਂਗੇ। ਸੋ ਹਾਂਜੀ, ਕਿਸੇ ਨੇ ਮੈਨੂੰ ਆਖਿਆ ਸੀ ਉਹ ਟੈਡੀ ਪਏ ਐਂਜਲ ਸ਼ਿਵਮ, ਮੇਰੇ ਟੈਡੀ ਉਵੇਂ ਦੋ ਟੈਡੀ ਪਏ ਆ ਬੱਚੇ, ਮੈਂ ਤਾਂ ਰੱਖਿਆ ਅਤੇ ਤਾਰਾਂ ਦੇਖਦੀਆਂ ਪਿੱਛੇ, ਕਿ ਯਾਰ ਇੰਨਾ ਸੱਚ ਵੀ ਨਹੀਂ ਬੋਲਣਾ ਹੁੰਦਾ ਵੈਸੇ, ਹਾਂ ਤਾਂ ਰੱਖੇ ਆ ਅਤੇ ਤੁਸੀਂ ਗੇੜਾ ਹੀ ਦੇ ਦਿੰਦੇ ਹੋ। ਮੈਂ ਕਿ ਐਂਜਲ ਆ ਜਿਹੜਾ ਗੁੱਡਿਆਂ ਨਾਲ ਕਰੀ ਜਾਊਂ, ਇਹ ਕੰਮ ਹੈ ਨਹੀਂ ਇੱਥੇ, ਆਹ ਟੁੰਨਾ ਯਾਰ ਆ ਆ ਆ। ਚਲੋ ਸ਼ਿਵਮ ਨੂੰ ਨੌਕਰੀ ਮਿਲ ਗਈ ਆ, ਸੋ ਸ਼ਿਵਮ ਨੂੰ ਵਧਾਈਆਂ ਯਾਰ। ਸ਼ਿਵਮ ਡਾਲਰ ਪਾਉਂਡ ਛਾਪ ਅਤੇ ਵਲੌਗ ਬਣਾ ਵਧੀਆ ਵਧੀਆ ਅਤੇ ਰੋਮਾਂਚਿਕ ਕਰਦੇ ਰਹੀਏ ਅਸੀਂ, ਗੁੱਸਾ ਨਾ ਕਰਿਆ ਕਰੋ। ਮੈਂ ਪਹਿਲਾਂ ਹੀ ਆਖਦਾ ਰੋਸਟਾਂ 'ਚ, ਮੈਂ ਅੱਜ ਤੱਕ ਨਹੀਂ ਆਖਿਆ ਕਦੇ ਗੁੱਸਾ ਨਾ ਕਰਿਆ ਕਰੋ, ਕਿਉਂਕਿ ਮੈਨੂੰ ਪਤਾ ਕਰ ਵੀ ਲੈਣਗੇ ਤਾਂ ਕੀ ਕਰ ਲੈਂਗੇ, ਪਰ ਨਹੀਂ ਯਾਰ, ਇਹ ਵਾਕਈ ਜਸਟ ਫੋਰ ਫਨ ਲਈ ਵੀਡੀਓ ਬਣਦੀ ਹੈ, ਸੋ ਟੈਨਸ਼ਨ ਡੋਂਟ ਟੇਕ ਟੈਨਸ਼ਨ, ਗਿਵ ਮੀ ਮਾਈ ਪੈਨਸ਼ਨ। ਆ ਜਾਓ ਸ਼ਿਵਮ ਦਾ ਵਲੌਗ ਵੇਖਦੇ ਹਾਂ ਅਤੇ ਐਂਜਲ ਦਾ ਵਲੌਗ ਵੇਖਦੇ ਹਾਂ। ਹੁਣ ਐਂਜਲ ਆਪਦਾ ਵਲੌਗ ਬਣਾਉਂਦੀ ਹੈ, ਸ਼ਿਵਮ ਆਪਦਾ ਵਲੌਗ ਬਣਾਉਂਦਾ, 5 ਮਿੰਟਾਂ ਦਾ ਉਹ ਬਣਾ ਲੈਂਦਾ, 5 ਮਿੰਟਾਂ ਦਾ ਉਹ ਬਣਾ ਲੈਂਦੀ ਆ, ਸੋ 10 ਮਿੰਟਾਂ ਦਾ ਮੇਲਾ ਇਕੱਠਾ ਕਰ ਲੈਂਦੇ ਆ। ਪਰ ਇੱਕ ਚੀਜ਼ ਨਹੀਂ ਸਮਝ ਆਈ, ਕਨੇਡਾ ਤਾਂ ਲੋਕ ਭੁੱਖਮਰੀ ਬੜੀ ਹੋਈ ਪਈ ਆ, ਮਤਲਬ ਕੰਮ ਕੁੰਮ ਨਹੀਂ ਮਿਲਦਾ ਪਿਆ, ਅਤੇ ਇਹ ਪੈਸੇ ਫੂਕਣ 'ਤੇ ਲੱਕ ਬੰਨਿਆ ਹੋਇਆ। ਕਮਾਈ ਕਾਫੀ ਹੋ ਰਹੀ ਹੈ ਯੂਟਿਊਬ 'ਤੇ ਵੈਸੇ, ਇੱਕ ਜੱਫੀ 3-4 ਲੱਖ ਦੀ ਪੈ ਜਾਂਦੀ ਇਹਨਾਂ ਦੀ, ਅਤੇ ਫਿਰ ਸਰਪ੍ਰਾਈਜ਼ ਹੋ ਗਿਆ, ਟੈਟੂ ਵਲੌਗ ਹੋ ਗਏ, ਪੈਸਾ ਹੀ ਪੈਸਾ। ਆਓ ਸ਼ੁਰੂ ਕਰੀਏ ਗੱਲਾਂ ਬਾਤਾਂ ਦਾ ਰੋਮਾਂਚਿਕ ਪ੍ਰੋਗਰਾਮ। ਰੋਮਾਂਚਿਕ ਪ੍ਰੋਗਰਾਮ ਵਿਖਦਾ ਪਿਆ, ਨਹੀਂ ਵਿਖਦਾ ਉਹ ਬਲਰ ਹੈ ਨਾ, ਤਾਂ ਮੈਂ ਇੱਥੇ ਵਿਖਾ ਦਿੰਦਾ ਕੀ ਹੈ, ਆਹ ਰੋਮਾਂਚਿਕ ਪ੍ਰੋਗਰਾਮ ਹੈ ਅਤੇ ਆਹ ਮਾਈਕ ਲੱਗਿਆ ਹੋਇਆ ਅਤੇ ਸਭ ਕੁਝ ਡਨ ਹੈ ਨਾ। ਆਓ ਸ਼ੁਰੂ ਕਰੀਏ ਯਾਰ ਸ਼ਿਵਮ ਦਾ ਪ੍ਰੋਗਰਾਮ। ਜੀ ਸਾਰਿਆਂ ਨੂੰ ਤੇ ਵੈਲਕਮ ਬੈਕ ਟੂ ਆਰ YouTube ਚੈਨਲ, ਹੋਪ ਕਰਦੇ ਗਾਇਸ ਜੀ ਸਾਰਿਆਂ ਨੇ। ਅੱਗੇ ਇੱਥੇ ਐਂਜਲ ਹੁੰਦੀ ਸੀ, ਹੁਣ ਇਹ ਆ ਗਿਆ ਬੋਰੇ ਵਾਲਾ ਮਾਲ ਜਿਹਾ ਪਾ ਕੇ। ਚਲੋ ਸੋ ਗਾਇਸ, ਅੱਜ ਮੇਰਾ ਫਸਟ ਡੇ ਵਾ ਕੰਮ ਦਾ, ਤੇ ਜਾ ਕੇ ਕਹਿ ਜਾ ਬਣ ਗਿਆ ਨਾ ਕੈਨੇਡਾ ਵਾਲਾ, ਗਾਇਸ ਅੱਜ ਫਸਟ ਡੇ ਵਾ ਮੇਰਾ ਕੰਮ ਦਾ, ਬਾਕੀ ਕੈਨੇਡੀਅਨ ਚੱਪੂ ਬਣ ਗਿਆ। ਮੈਂ ਥੰਬਨੇਲ ਵੇਖ ਕੇ ਤੁਹਾਨੂੰ ਪਤਾ ਲੱਗ ਗਿਆ ਨਾ ਵਲੌਗ ਕੀ ਚੀਜ਼ ਬਾਰੇ ਹੈਗਾ ਵਾ। ਅੱਛਾ ਤੁਸੀਂ ਕੀ ਸਾਈਟੈਂਸ ਹੋ ਵੀ ਘੋਲ ਪਹਿਲਾਂ ਤਿਆਰ ਕਰੋਗੇ, ਘੋਲੋਗੇ ਫਿਰ ਪਤਾ ਲੱਗੂਗਾ ਵੀ ਅੱਗ ਨਿਕਲੂਗੀ ਜੇ ਧੂੰਆਂ। ਤੁਸੀਂ ਇਹ ਚੀਜ਼ ਕਿਉਂ ਆਖਦੇ ਹੋ, ਹਰੇਕ ਵਲੌਗਰ ਹੀ ਆਖਦਾ ਥੰਬਨੇਲ, ਮੈਂ ਵੀ ਆਖਦਾ ਕਰ, ਤੁਹਾਨੂੰ ਥੰਬਨੇਲ ਵੇਖ ਕੇ ਪਤਾ ਲੱਗ ਗਿਆ ਹੋਊਗਾ ਰੋਮਾਂਚਿਕ ਪ੍ਰੋਗਰਾਮ ਕੀ ਦੱਸ। ਆਓ ਗਾਇਸ ਚਲੀਏ ਸ਼ੁਰੂ ਕਰਤੇ ਹੈ ਭੋਰੂ ਕੰਮ। ਐਂਜਲ ਬਣਾਉਂਦੀ ਪਈ ਆ ਮੇਰੇ ਵਾਸਤੇ ਖਾਣਾ, ਅਤੇ ਆਓ ਚੱਲਦੇ ਹਾਂ। ਚੱਲਦੇ ਨੂੰ ਕੀ ਪੁੱਲ ਟੱਪ ਕੇ ਜਾਣਾ ਪੈਂਦਾ, ਚੱਲਦੇ ਹਾਂ ਸਾਹਮਣੇ, ਬਾਹਰ ਖੋਲ੍ਹੇ ਸਾਹਮਣੇ ਐਂਜਲ ਖੜੀ ਹੈ ਨਿੱਕਰ। ਅੱਛਾ ਮਯੰਕ ਨਿੱਕਰਾਂ ਪਾਏ ਸੰਗਦਾ, ਐਂਜਲ ਪਾਈ ਫਿਰਦੀ, ਐਂਜਲ ਨੂੰ ਕੋਈ ਚੱਕਰ ਨਹੀਂ, ਪਤਾ ਨਹੀਂ ਕੀ ਚੱਕਰ ਸੀਗਾ। ਹਾਂਜੀ ਬਾਤ ਹੈ, ਆਪਣੀ ਰਾਤ ਦੀ ਜਿਹੜੀ ਆਪਾਂ ਨਿਊਟਰੀ ਬਣਾਈ ਸੀ, ਅੱਛਾ ਨਾਲ ਪਰੌਂਠੀਆਂ, ਪਰੌਂਠੇ ਐਂਜਲ। ਮੈਨੂੰ ਇੱਕ ਚੀਜ਼ ਨਹੀਂ ਸਮਝ ਆਉਂਦੀ ਵੀ ਇਹ ਤੁਸੀਂ ਪਰੌਂਠੀਆਂ ਕਿਉਂ ਆਖਦੇ ਹੋ ਇਹਨੂੰ, ਸਹੀ ਮਹੀਨੇ 'ਚ ਕੁੜੀਆਂ ਬਹੁਤ ਪਰੌਂਠੀਆਂ ਆਖਦੀਆਂ, ਇਹ ਸਹੀ ਪਰੌਂਠਾ ਹੁੰਦਾ ਗਾ, ਪਰੌਂਠੀ ਤਾਂ ਹੁੰਦੀ ਕੋਈ ਨਹੀਂ ਮੇਰੇ ਹਿਸਾਬ ਨਾਲ, ਪਰੌਂਠਾ ਖਾਣਾ ਦਹੀਂ ਨਾਲ ਜਾਂ ਮਲਾਈ ਨਾਲ, ਪਰੌਂਠੀ ਖਾ ਲਈ, ਮੇਲ ਫੀਮੇਲ ਹੀ ਕਰੀ ਜਾਣਗੇ ਇਹਨਾਂ 'ਚ ਵੀ। ਚੱਲ ਆਹ ਕੀ ਐਡੀ ਵੱਡੀ ਰਸੋਈ ਹੈ ਕਿ ਖੁੰਝ 'ਚ ਵੜ ਕੇ ਰੋਟੀ ਲਾਉਂਦੀ ਆ, ਇੱਧਰ ਕੀ ਚੱਕਲਾ ਵੇਲਣਾ ਨਹੀਂ ਤਾਂ ਰਹਿ ਜਾਂਦਾ, ਹੋਣਾ ਕੋਈ ਉੱਥੇ ਗ੍ਰਹਿ ਗੁਰੂ ਹੋਣੇ ਇਹਨਾਂ ਦੇ ਵੀ ਅੰਦਰ। ਸ਼ਿਫਟ ਨੂੰ ਐਡੀ ਕੀ ਘਰ ਢਾਉਣੇ ਆ ਇਹਨੇ, ਸ਼ਿਵਮ ਨੂੰ ਪਤਾ ਨਹੀਂ ਕਾਹਦਾ ਕੰਮ ਮਿਲਿਆ, ਮੈਨੂੰ ਤਾਂ ਪਤਾ ਨਹੀਂ ਬਾਈ, ਤੁਸੀਂ ਕਮੈਂਟ ਜ਼ਰੂਰ ਦੱਸਿਓ ਕਾਹਦਾ ਕੰਮ ਕਰੀ ਜਾਂਦਾ, ਘਰ ਘੁਰ ਢਾਉਣ ਵਾਲੇ ਕਰੀ ਜਾਂਦਾ, ਉਹ ਲੱਕੜਾਂ ਹੀ ਧਰ ਕੇ ਲੈ ਕੇ ਮੋਢੇ 'ਤੇ ਜਿਉਂਦੇ ਜੀ ਗਾਲ ਸੋਹਣੀ, ਉਹ ਉਹ ਕਰੀ ਸਵੇਰ ਦੇ ਵੱਜ ਚੁੱਕੇ ਆ, ਚੱਲ 5 ਹੋ ਗਏ ਹੋਏ ਆ, 6 ਵਜੇ ਲੱਗੇ ਆ। ਅੱਛਾ 6 ਵਜੇ ਧੁੱਪ ਧੁਰਾ ਪਾਲਾ ਹੋ ਜਾਏ, ਆਹ ਵਧੀਆ ਕੰਮ ਆ ਨਾ, ਬਾਹਰ ਲੋਬੀ ਜੀ ਅਤੇ ਨਾਲੇ ਕਮਰਾ ਬਸ, ਨਹੀਂ ਸਾ ਘਰ ਯਾਰ ਤੇਰਾ, ਬਾਕੀ ਸ਼ੋਮ ਟਾਈਮ ਇਹੋ ਜਿਹਾ ਘਰ ਮੇਰੇ ਕੋਲ ਹੋਵੇ, ਮੈਂ ਗੇੜੇ ਦੇ ਦਿਆਂ, ਦੁਬਈ ਦੁਬਈ ਚੱਲ ਜਾ, ਮੈਂ ਵੀ ਕਿਤੇ ਗੇੜਾ ਦੇ ਦਿਆ ਕਰਾਂ ਸਾਰੇ ਰੋਟਾਂ ਰੂਟਰਾਂ ਨੂੰ ਰੋਸਟ ਕਰ ਕਰਕੇ। ਹੱਲ ਇਹ ਤੂੰ ਕੰਮ ਚੱਲਿਆ, ਇਹ ਵਲੌਗ ਬਣਾਉਣ ਚੱਲੀ ਹੈ, ਇਹ ਮਾਸਕ ਪਾ ਕੇ ਤਾਂ ਜਾਂਦੇ, ਕ੍ਰਿਮੀਨਲ ਹੁੰਦੇ ਜਿਵੇਂ ਕੈਨੇਡਾ ਦੇ, ਕੈਨੇਡਾ ਹੀ ਸਾਰਾ ਇਹਨਾਂ ਨੇ ਦੱਬਿਆ ਹੁੰਦਾ, ਜਿਵੇਂ ਇਹ ਉਹਨੂੰ ਧਮਕੀਆਂ ਦਿੰਦੇ ਫਿਰਦੇ ਹੁੰਦੇ ਆ। ਤੇਰਾ ਪਲਾ ਹੋ ਜੇ ਐਂਜਲ ਫਿਰ ਵਲੌਗ ਬਣਾਉਣ ਚੱਲੀ ਹੈ, ਸ਼ੋਪਿੰਗ ਸ਼ੋਪਿੰਗ ਕਰਿਆ ਆਏਗੀ, ਨਾ ਉਹਨੂੰ ਲਵਾਇਆ ਆਏਗੀ, ਵਾਲ ਵੁਲ ਝਾੜਿਆ ਆਏਗੀ, ਬਸ ਛੁੱਟੀ ਹੈਗੀ ਕਲਾਸ ਆ,
6th ਕੇ 7th ਕਲਾਸ ਆ ਮੇਰੀ ਕਾਰ ਦੀ ਅੱਜ ਤੇ ਕਾਫੀ ਹੱਦ ਤੱਕ ਮੈਂ ਸਿੱਖ ਵੀ ਲਈ ਆ ਤੇ ਹੁਣ ਆਪਾਂ ਉੱਥੇ ਜਾਵਾਂਗੇ ਗੱਡੀ ਸਿੱਖਣ ਵਾਸਤੇ 2 hours later ਬ੍ਰੇਕਫਾਸਟ ਟਾਈਮ ਹੋਇਆ ਸੀ 10 ਵਜੇ ਹੁੰਦਾ ਵਾ ਤੇ ਬ੍ਰੇਕਫਾਸਟ ਅੱਛਾ ਉਹ ਤੁਸੀਂ ਸੁਰੰਗਾਂ ਤਾਂ ਨਹੀਂ ਕੱਢਦੇ ਕਿਤੇ ਧਰਤੀ 'ਚ ਗੋਲਾ ਪੱਟ ਕੇ ਸੁਰੰਗਾਂ ਕੱਢਦੇ ਹੁੰਦੇ ਗਾਂਹ ਤਾਂ ਹੀ ਮੋਰੇ ਕੱਢ ਕੱਢ ਜਾਣਾ ਹੁੰਦਾ ਉਹ ਕੰਮ ਤਾਂ ਕੱਪੜੇ ਤਾਂ ਹੀ ਭਾਈ ਵਰਦਾ ਇੱਥੇ ਲੈਟ ਲੱਗੇ ਨੇ ਟੋਪੀ ਪਾ ਕੇ ਓ ਮਾਈ ਗੋਡ ਵਲੌਗ ਬਣਾਵਾਂ ਐਂਜਲ ਸੱਪ ਨਿਕਲੇ ਹੀ ਖੱਡੇ 'ਚੋਂ ਬ੍ਰੇਕਫਾਸਟ ਲੈ ਕੇ ਨਹੀਂ ਆਇਆ ਮੈਂ ਲੰਚ ਹੀ ਲੈ ਕੇ ਆਇਆ ਵਾਂ ਅਤੇ ਬ੍ਰੇਕਫਾਸਟ ਮੈਂ ਖਾ ਕੇ ਆਇਆ ਸੀ ਅਤੇ ਆਹ ਐਂਜਲ ਕਹਿੰਦੀ ਸੀ ਖਾ ਜਾ ਨਾਲ ਪੈਕ ਕਰ ਦਿੰਦੀ ਹੈ ਅਤੇ ਤੂੰ ਅੱਛਾ ਲੰਚ ਲੈ ਕੇ ਆਇਆ ਬ੍ਰੇਕਫਾਸਟ ਖਾ ਤਾਂ ਆਇਆ ਹੋਰ ਇੱਥੇ ਲੋਕਾਂ ਦੇ ਚੌਲ ਭਰਦਾ ਹੁਣ ਲੋਕਾਂ ਮੂਹਰੇ ਬੋਲ ਕੇ ਟੁੰਨਾ ਬਹੁਤ ਤੇਜ਼ ਆ ਟੁੰਨੂ ਸਿਰਫ ਕੋਲਡ ਡਰਿੰਕ $1 ਦੀ ਪਈ ਮੈਨੂੰ ਚੱਲ ਮੈਂ ਇਹ ਪੀਵਾਂਗਾ ਹੁਣ ਕਾਫੀ ਵਗੈਰਾ ਆਪਾਂ ਪੀਂਦੇ ਨਹੀਂ ਆ ਬਹੁਤ ਪਈ ਨੂੰ ਤਾਂ ਐਂ ਕਰਦਾ ਜਿਵੇਂ ਮੇਲ ਪਾਈ ਸੀ ਉਹਨਾਂ ਨੇ ਫਿਰ ਦਿੱਤੀ ਹੁੰਦੀ ਆ $1 ਦੀ ਪਈ ਮੈਨੂੰ ਚੱਲ ਇੱਕ ਕੋਕ ਪੀਣਾ ਨਹੀਂ ਚਾਹੀਦਾ ਖਰਾਬ ਕਰਦਾ ਮੈਂ ਸਾਰਿਆਂ ਨੂੰ ਅਵੋਇਡ ਕਰਦਾ ਇਹ ਚੀਜ਼ ਤਾਂ ਬਾਈ ਜਮਾਂ ਨਾ ਪੀਓ ਜੇ ਪੀਣੀ ਆ ਤਾਂ ਸਪਰਾਈਟ ਪੀਓ ਹਾਂ ਉਹਦੀ ਪੀ ਐੱਚ ਵੈਲਿਊ ਘੱਟ ਹੁੰਦੀ ਆ ਬਾਕੀ ਸਾਰਿਆਂ ਦੀ ਬਹੁਤ ਜ਼ਿਆਦਾ ਹੁੰਦੀ ਆ ਸਪਰਾਈਟ ਹਾਂ ਸਪਰਾਈਟ ਹੀ ਆ ਘੱਟ ਪੀਂਦਾ ਮੈਂ ਅਤੇ ਕੰਮ ਠੀਕ ਆ ਆਰਾਮ ਨਾਲ ਕਰੀਦਾ ਅਤੇ ਹੁਣ ਆਪਾਂ ਅੱਛਾ ਸੋ ਇੱਥੇ ਬੈਠ ਕੇ ਬ੍ਰੇਕਫਾਸਟ ਲੰਚ $1 ਦੀ ਕੋਕ ਆ ਚਾਰ ਟਿੱਕਾਂ 'ਚ ਵਿਖਾਤੀ ਕੋ $1 ਦੀ ਪਈ ਆ ਸੋ ਕੰਮ ਠੀਕ ਆ ਕੋਈ ਗੱਲ ਨਹੀਂ ਆਰਾਮ ਨਾਲ ਕਰੋ ਕੰਮ ਸੋ ਕੋਕ ਪੀ ਲਈਏ ਚਲੋ ਇੱਥੇ ਕਰੀਦਾ ਵਾ ਤੂੰ ਮੈਂ ਪੀ ਲੈਂਦਾ ਸਰ ਕੋਕ ਸਾਡੇ 12 ਪੀ ਲਾ ਭਰਾਵਾ ਇੰਨੇ ਨੂੰ ਤਾਂ ਗਰਮ ਹੋ ਜੂਗੀ ਜਿਸ ਹਿਸਾਬ ਨਾਲ ਤੂੰ ਕੈਨ ਹੀ ਨਹੀਂ ਖੁੱਲੀ ਜਾਂਦਾ ਐਂ ਕਰਦਾ ਜਿਵੇਂ ਕੈਨ ਹੀ ਕਹਿਲੀ ਰੀ ਵੇਖਿਆ ਹੁੰਦਾ ਇੰਨੇ ਤਾਂ ਤੇ ਸਾਰੇ ਫਿਰ ਸ਼ੈਂਪੂ ਵਗੈਰਾ ਸਾਰੇ ਪ੍ਰੋਡਕਟ ਵੀ ਪਟਾਕੇ ਹਨ ਜਿਹੜਾ ਵੀ ਆਪਾਂ ਟ੍ਰੀਟਮੈਂਟ ਕਰਾਵਾਂਗੇ ਜਿੱਦਾਂ ਮੈਂ ਹੇਅਰ ਕਲਰ ਕਰਵਾਉਣਾ ਵਾ ਹਾਈਲਾਈਟਸ ਕਰਾਣੇ ਆ ਨਾਲ ਹੀ ਇਹਨਾਂ ਨੇ ਮੈਨੂੰ ਰეკਮੈਂਡ ਕਰ ਦੇਣਾ ਕਿ ਇਹ ਕਿਹੜੀਆਂ ਕਾਰਾਂ ਸਿੱਖਣ ਆਈਆਂ ਇੱਥੇ ਨਾਲੇ ਕਹਿੰਦੀ ਸੀ ਮੈਂ ਕਾਰ ਸਿੱਖਣ ਚੱਲਦੀ ਹਾਂ ਨਾਲੇ ਤੂੰ ਇੱਧਰ ਪਹੁੰਚ ਗਈ ਚੱਲ ਹੇਅਰ ਟ੍ਰੀਟਮੈਂਟ ਮੈਨੂੰ ਲੱਗਦਾ ਦੁਨੀਆ 'ਚ ਸ਼ੈਂਪੂ ਹੀ ਸਿਰਫ ਇਹਨਾਂ ਦੇ ਵਾਲਾਂ ਦੇ ਲਾਉਣ ਤੋਂ ਬਣੇ ਆ ਸਾਡੇ ਤਾਂ ਟੱਟੀ ਲਾ ਲਏ ਬੰਦਾ ਓ ਸੌਰੀ ਖਾਂਦੇ ਪੀਂਦੇ ਵੇਖਦੇ ਸੀ ਆ ਕੋਈ ਗੱਲ ਨਹੀਂ ਫਿਰ ਕੀ ਹੋਇਆ ਤੁਹਾਨੂੰ ਕਿਹੜਾ ਆਉਂਦੀ ਨਹੀਂ ਕਿਹੜਾ ਤੁਸੀਂ ਯੂਜ਼ ਕਰ ਸਕਦੇ ਹੋ ਹੇਅਰਸ ਦੇ ਅੱਛਾ ਤੇ ਚਲੋ ਅਪਾਇੰਟਮੈਂਟ ਨੂੰ 1 ਆਰ ਹੈਗਾ ਬਸ ਉਹ ਆਪਾਂ ਵੇਟ ਕਰ ਲੈਂਦੇ ਹਾਂ ਹਾਂਜੀ ਗਾਇਸ ਸੋ ਮੇਰੀ ਗੱਡੀ ਦੀ ਕਲਾਸ ਹੋ ਚੁੱਕੀ ਸੀਗੀ ਓਵਰ ਹਾਂਜੀ ਗਾਇਸ ਇਹ ਟੁੰਨੇ ਨੂੰ ਕਾਰ ਸਿੱਖਣੀ ਚਾਹੀਦੀ ਤੈਨੂੰ ਕੀ ਲੋੜ ਪਈ ਹੈ ਤੁਸੀਂ ਇੱਥੋਂ ਇੰਡੀਆ ਤੋਂ ਬਈ ਮੈਂ ਸਹੀ ਗੱਲ ਕਹਾਂ ਡਰਾਈਵਰੀ ਲਾਇਸੈਂਸ ਆਪਦਾ ਇੱਥੋਂ ਬਣਾ ਕੇ ਜਾਓ ਚਾਹੇ 2 ਨੰਬਰ 'ਚ ਬਣਾ ਲਓ ਸਮਝਦੇ ਹੋ ਗੱਲ ਬਹੁਤ ਅੱਗੇ ਹੈ ਇੰਡੀਆ ਇਹ ਕੰਮਾਂ 'ਚ ਚਾਹੇ 2 ਨੰਬਰ 'ਚ ਕੰਮ ਹੁੰਦੇ ਆ ਆਪਣੇ ਪਰ ਵੇਖੋ ਨਾ ਪੈਸੇ ਨਾਲ ਕੰਮ ਹੋ ਜਾਂਦਾ ਕਿੱਥੇ ਮਿੰਨਤਾਂ ਕਰਦੇ ਫਿਰ ਸਸਤਾ ਸਰੀ ਜਾਂਦਾ ਤੁਹਾਡਾ ਯਾਰ ਤੁਸੀਂ ਉਰੇ ਜੇ ਜਿਹਨੇ ਵੀ ਬਾਹਰ ਜਾਣਾ ਆਪਦਾ ਲਾਇਸੈਂਸ ਇੱਥੋਂ ਬਣਾ ਕੇ ਜਾਓ ਚਾਹੇ ਕਾਰ ਚਲਾਉਣੀ ਆਉਂਦੀ ਹੈ ਚਾਹੇ ਨਹੀਂ ਆਉਂਦੀ ਪਰ ਲਾਇਸੈਂਸ ਉਰੋਂ ਬਣਾ ਕੇ ਲੈ ਕੇ ਜਾਓ ਉਹ ਕੋਈ ਸੀਗੇ ਉਹ ਕਹਿੰਦੇ ਆਈ ਲਾਈਕ ਯੋਰ ਪੈਂਟਸ ਵਧੀਆ ਲੱਗਾ ਹੋਣਾ ਨਾ ਪਾਇਆ ਹੋਇਆ ਤਾਂ ਕਰਕੇ ਤੇ ਬਾਕੀ ਮੈਂ ਕਹਿਣਾ ਸੀ ਮੇਰੀ ਗੱਡੀ ਦੀ ਕਲਾਸ ਹੋ ਚੁੱਕੀ ਆ ਓਵਰ ਤੇ ਵਧੀਆ ਆ ਮੈਨੂੰ ਆਪਣੇ ਆਪ ਚ ਇਦਾਂ ਲੱਗ ਰਿਹਾ ਕਿ ਮੈਂ ਬਹੁਤ ਵਧੀਆ ਹੁਣ ਚਲਾਣ ਲੱਗ ਪਈ ਆ ਮਤਲਬ ਆਪਣੇ ਆਪ ਚ ਤਾਂ ਸਾਰੇ ਨਹੀਂ ਸਿੱਖਦੇ ਪਰ ਜਿਹੜੇ ਸਰ ਹੈਗੇ ਆ ਮੇਰੇ ਜਿਹੜੇ ਮੈਨੂੰ ਸਿੱਖ ਕੀ ਰੀਤਨ ਰੂਲਾ ਬਣ ਗਈਆਂ ਵਧੀਆ ਚਲਾ ਕੇ ਪਰ ਜਿਵੇਂ ਵੀ ਯਾਰ ਮਨ ਚ ਕਵਦੀ ਥਾਂ ਪਰ ਪੈਸਾ ਵੱਟ ਤੇ ਲੱਕ ਬੰਨਿਆ ਆ ਦੋਨਾਂ ਨੇ ਪੂਰਾ ਹਮ ਤੁਹਾਡੇ ਚ ਮਤਲਬ ਸਿੱਧਾ ਚਲਾਈ ਨੇ ਟਰਨਸ ਵੀ ਕਰੀ ਨੇ ਬੈਕਰ ਨਹੀਂ ਰਹਿ ਗਈ ਪਤਾ ਨੀ ਕੀ ਰਹਿ ਗਿਆ ਸ਼ਿਵਮ ਕੀ ਕਰੂਗਾ ਕੱਪੜਾ ਮਾਰਨ ਨੂੰ ਰੱਖੇਗੇ ਉਹਨੂੰ ਸਿਰਫ ਗੱਡੀ ਤੇ ਯਾਰ ਵਿਚਾਰਾ ਉਹ ਬੁੰਦ ਲਈ ਆ ਬੱਚਾ ਯਾਰ ਬਹੁਤ ਭੋਲਾ ਬੰਦਾ ਯਾਰ ਦੋ ਤਿੰਨ ਚੀਜ਼ਾਂ ਜਿਹੜੀਆਂ ਲੈ ਗਿਆ ਬਾਕੀ ਮੈਂ ਮੇਨ ਰੋਡ ਤੇ ਹਨਾ ਚਲਾ ਲੈਣੀ ਉਹ ਕਹਿੰਦੇ ਕਿ ਬਹੁਤ ਬੈਟਰ ਆ ਛੱਟ ਗੰਦੇ ਬੱਚੇ ਤੈਨੂੰ ਜਿੱਦਾਂ ਪਹਿਲੇ ਦਿਨ ਤਾਂ ਮੈਂ ਡਰੀ ਪਈ ਸੀ ਗੱਡੀ ਫੜ ਕੇ ਅੱਛਾ ਮੈਂ ਇੰਡੀਆ ਕਦੀ ਗੱਡੀ ਨੂੰ ਹੱਥ ਨਹੀਂ ਪਾਇਆ ਸੋ ਮੈਨੂੰ 10 12 ਕਲਾਸਿਸ ਲੱਗਣਗੀਆਂ ਜਿੱਦਾਂ 6ਵੀਂ 7ਵੀਂ ਕਲਾਸ ਸੀ ਉਹ ਕਹਿੰਦੇ 10 ਕਲਾਸਿਸ ਲਾ ਲਾ ਹੋ ਸਕਦਾ ਤੂੰ 10 ਚੀ ਸਿੱਖ ਲੈ ਤੈਨੂੰ 12 ਲਾਣ ਦੀ ਲੋੜ ਨਾ ਪਏ ਜਿਹੜੇ ਇੰਡੀਆ 'ਚ ਗੱਡੀ ਚਲਾਉਂਦੇ ਆ ਉਹ 4-5 ਹੀ ਸਿੱਖ ਲੈਂਦੇ ਆ ਹੁਣ ਮੈਂ ਕਦੀ ਗੱਡੀ ਨੂੰ ਹੱਥ ਹੀ ਨਹੀਂ ਪਾਇਆ ਫਿਰ ਮੈਨੂੰ 10 12 ਕਲਾਸਿਸ ਲੱਗਦੀਆਂ ਪਈਆਂ ਵਾ ਹੁਣ ਮੇਰੀ ਸੀਗੀ ਅਪਾਇੰਟਮੈਂਟ ਉੱਥੇ ਗੱਡੀਆਂ ਹੁੰਦੀਆਂ ਸਮੂਥ ਆਟੋਮੈਟਿਕ ਚਲ ਦੂਜੀਆਂ ਵੀ ਲਾ ਲਓ ਹਨਾ ਉਰੇ ਹੁੰਦੀ ਹੈ ਸੀਐਨਜੀ ਵਾਲੀ ਕਾਰ ਗੈਸ ਵਾਲੀ ਕਾਰ ਜਿਹਨੇ ਗੈਸ ਵਾਲੀ ਕਾਰ ਚਲਾਉਣੀ ਸਿੱਖੀ ਉਹ ਤਾਂ ਭਾਵੇਂ ਟਰੱਕ ਚਲਵਾ ਲਓ ਬਾਹਰ ਜਾ ਕੇ ਫਿਰ ਟਰੱਕਾਂ ਵਾਲੇ ਨਾਲ ਗੁੱਸਾ ਕਰ ਜਾਣਾ ਉਹ ਮਜ਼ਾ ਆ ਕਹਾਵਤ ਆ ਯਾਰ ਹੇਅਰਸ ਦੀ ਜਿੱਦਾਂ ਮੈਂ ਹੇਅਰ ਮੈਂ ਕਿਹਾ ਇੱਧਰ ਆ ਤੈਨੂੰ ਬਰਸ਼ ਤਲਕਾਵਾਂ ਮੈਂ ਤੇ ਉਹਦੀ ਅਪਾਇੰਟਮੈਂਟ ਮੈਂ ਕਰਵਾਈ ਸੀਗੀ ਚੈਟਰਸ ਹੇਅਰ ਬਿਊਟੀ ਸਲੋਨ ਉਹ ਵਿਚਾਰਾ ਸਰੰਗਾ ਪੱਟਣ ਤੇ ਬੰਨਿਆ ਆਇਆ ਟੋਪੀ ਪਾ ਕੇ ਇਹ ਇਹ ਹੇਅਰ ਹੀ ਨਹੀਂ ਸੂਤ ਆਉਂਦੇ ਉਹਨੇ ਵਿਚਾਰੇ ਨੇ ਕਦੇ ਸ਼ੈਂਪੂ ਲਾਇਆ ਸਿਰ ਤੇ ਨਹੀਂ ਤੈਨੂੰ ਵਿਚਾਰਾ
ਤੇ ਉਹਦੀ ਅਪਾਇੰਟਮੈਂਟ ਮੈਂ ਕਰਵਾਈ ਸੀਗੀ ਚੈਟਰਸ ਹੇਅਰ ਬਿਊਟੀ ਸੈਲੂਨ ਇਧਰੋਂ ਦੀ ਮੈਂ ਕਰਵਾਉਣ ਲੱਗੀ ਆ ਬੜੀ ਕਮਾਈ ਆ ਕੰਮਾਂ ਚ ਅੱਛਾ ਟੁੰਨਾ ਚਲੋ ਤੂੰ ਮਰੀ ਨਾ ਮੈਨੂੰ ਲੱਗਦਾ ਤੂੰ ਕੋਲਡ ਡਰਿੰਕ ਤੇ ਚੱਲਦਾ ਹੋਇਆ ਕਈ ਬਾਹਰ ਲੈਣ ਵਾਸਤੇ ਹੁੰਦੀ ਨਾ ਕੋਲਡ ਡਰਿੰਕ ਪੀਣਾ ਪਾਣੀ ਨਹੀਂ ਪੀਣਾ ਜੇ ਪਾਣੀ ਦੀ ਪਿਆਸ ਲੱਗੇ ਤਾਂ ਸਿੱਧਾ ਕੋਲਡ ਡਰਿੰਕ ਦਾ ਘੁੱਟਾ ਮਾਰ ਲਓ ਕੰਮ ਕੁੰਮੇ ਵੀ ਕਰ ਦਾਂ ਕਿਉਂਕਿ ਕੋਕ ਪੀਣਾ ਸੀ ਰੱਖਿਆ ਤੈਨੂੰ ਉਹਨਾਂ ਨੇ ਹੱਲ ਰੋਟੀ ਤੋਂ ਬਾਅਦ ਕੋਕ ਕੌਣ ਪੀਂਦਾ ਹੁੰਦਾ ਟੁੰਨੇ ਤੂੰ ਕਿਹੜੇ ਕੰਮੀ ਪਾਈ ਨਾ ਲੋਕਾਂ ਨੂੰ ਆਹ ਕਿਹੜੀ ਜ਼ਿੰਦਗੀ ਜਿਉਂ ਰਿਹਾ ਤੂੰ ਕੋਕਾ ਕੋਲਾ ਵਾਲੀ ਇੰਨੀ ਤਾਂ ਦਲਜੀਤ ਨੇ ਨਹੀਂ ਪੀਤੀ ਹੋਣੀ ਮਸ਼ਹੂਰੀ ਕਰਨ ਲੱਗੇ ਜਿੰਨੀਆਂ ਤੂੰ ਪੀ ਗਿਆ ਇੱਕ ਦਿਨ 'ਚ ਰੋਟੀ ਖਾ ਲਈ ਸੀਗੀ ਬਸ ਅੱਛਾ ਦੂਜੀ ਵਾਰੀ ਵਿਖਾ ਤੀ ਅੱਛਾ ਇੰਨਾ ਹਾਰਡ ਕੰਮ ਨਹੀਂ ਗਾ ਠੀਕ ਠਾਕ ਐਵੇਂ ਤੁਹਾਨੂੰ ਕਹਦਾ ਮੈਂ ਠੀਕ ਆ ਕੰਮ ਕੀ ਹੈ ਤੇਰਾ ਉਹ ਤਾਂ ਦੱਸ ਹੱਲ ਇਹ ਬਿਊਟੀ ਕਿਉਂ ਨਹੀਂ ਵਿੱਚ ਹੀ ਉਹਨੇ ਕੋਕ ਪੀਣ ਤੇ ਲੱਕ ਬੰਨਿਆ ਇਹ ਵਾਲ ਰੰਗਾਉਣ ਤੇ ਆਇਓ ਰੱਬ ਮੇਰਿਆ ਇਹ ਵਾਲ ਰੰਗਾਈ ਇੰਨੀ ਸਿਰ 'ਚ ਖੁਰ ਪੈਂਦੀ ਉਹਦੇ ਹੱਲ ਚਲੋ ਟਿੱਡਾ ਹੋ ਚੁੱਕਿਆ ਡਨ ਤੇ ਵੈਸੇ ਨਾ ਇੱਕ ਚੀਜ਼ ਮੈਂ ਪਹਿਲਾਂ ਵੀ ਬਹੁਤ ਵਾਰੀ ਵੀਡੀਓ 'ਚ ਆਖੀ ਕਿ ਜਿਹੜੀ ਕੁੜੀ ਦੇ ਵਾਲ ਸਟੇਟ ਹੋ ਜਾਣ ਨਾ ਜਿਹਨੇ ਐਲਸ ਕੀਤੀ ਹੈ ਤੇ ਉਹਦੇ ਵਾਲ ਸਟੇਟ ਸਮਝ ਲਓ ਉਹਦਾ ਵੀਜ਼ਾ ਆ ਗਿਆ ਤੇ ਉਹ ਬਾਹਰ ਹੀ ਚੱਲੀ ਆ ਮੋਸਟਲੀ ਇੱਦਾਂ ਹੀ ਹੁੰਦੇ ਕੁੜੀਆਂ ਬਾਹਰ ਜਾਣ ਲੱਗੇ ਵਾਲ ਰੰਗਾਉਂਦੀਆਂ ਰੰਗਾਉਂਦੀਆਂ ਤੇ ਚੱਲ ਉੱਥੇ ਰੰਗਾਏ ਆ ਇੱਥੋਂ ਹੀ ਬਾਹਰ ਜਾਣ ਲੱਗੀਆਂ ਵਾਲ ਵੀ ਰੰਗਾ ਲੈਂਦੀਆਂ ਅਤੇ ਹਾਈਲਾਈਟ ਵੀ ਕਰਾ ਲੈਂਦੀਆਂ ਕਿ ਬਾਹਰ ਜਾ ਕੇ ਪਤਾ ਨਹੀਂ ਕਿਹੜੀ ਜੋਬ ਮਿਲਣੀ ਆ ਵਾਲਾਂ ਦੇ ਬੇਸ ਤੇ ਨੈਚੁਰਲ ਕਲਰ ਠੀਕ ਆ ਤੁਹਾਡੇ ਵਲੌਗ ਹੀ ਬੜੇ ਓਵਰ ਲੱਗਦੇ ਆ ਟੁੰਨੇ ਦੀ ਕੋਕ ਵੇਖ ਤੂੰ ਪਤਾ ਨਹੀਂ ਹਜੇ ਪੀਤੀ ਕਿ ਨਹੀਂ ਪੀਤੀ ਮੈਨੂੰ ਤਾਂ ਉਹੀ ਟੈਨਸ਼ਨ ਹੋਈ ਦੀ ਵਿਚਾਰਨ ਹੇਅਰਸ ਦਾ ਤਾਂ ਹੋ ਗਿਆ ਸੀਗਾ ਡਨ ਇਹਨੇ ਪਹਿਲਾਂ ਵੀ ਨਹੀਂ ਪੀਂਦੇ ਵਿਖਾਇਆ ਕੀ ਪਤਾ ਇਹਨੇ ਪਹਿਲਾਂ ਵਾਲੀ ਕੋਕ ਫੜ ਕੇ ਫਿਰ ਦੁਬਾਰਾ ਕਿਸੇ ਪਾਸੇ ਰੱਖਤੀ ਹੋਵੇ ਦੁਬਾਰਾ ਫਿਰ ਚੱਕ ਲਈ ਹੋਵੇ ਹੁਣ ਫਿਰ ਵਿਖਾ ਦੂਗਾ ਕੋਕ ਨੂੰ ਇਹਦੇ ਕੋਲ ਡਾਟਾ ਖੋਲਦਾ ਵਿਖਾਉਂਦਾ ਦੱਸਣਗੇ ਸ਼ੈਂਪੂ ਕਿ ਮੈਂ ਕਿਹੜਾ ਯੂਜ਼ ਕਰਨਾ ਇਹ ਵਧੀਆ ਇਧਰੋਂ ਦੀ ਬੰਦਾ ਲੈ ਲੇ ਬਾਅਦ ਚੋਂ ਲੱਭਣ ਨਾਲੋਂ ਇੱਧਰ ਉੱਧਰ ਦਿਸ ਵਨ ਅੱਛਾ ਲੈ And then you use the extreme shampoo and conditioner to make your hair stronger. Okay. Thank you so much. All. ਓਏ ਤੁਹਾਡਾ ਜੋਬ ਵਲੋਗ ਹੈ ਕਿ ਕੋਕਾ ਕੋਲਾ ਵਲੋਗ ਹੈ ਇਹ ਵੀ ਕੋਕ ਲੈਣ ਆਈ ਆ ਹਾਏ ਰੱਬਾ ਮੇਰੇ ਤੁਸੀਂ ਪਾਣੀ ਨਾਲ ਨਹਾਉਂਦੇ ਨਹੁੰਦੇ ਨਹੀਂ ਘਰੇ ਮੈਨੂੰ ਲੱਗਦਾ ਇਹ ਮੈਗੀ ਦਾ ਤੜਕਾ ਵੀ ਕੋਕ ਚ ਲਾਉਂਦੇ ਹੋਣੇ ਆ ਭਿੰਡੀਆਂ ਦਾ ਤੜਕਾ ਵੀ ਕੋਕ ਚ ਆ ਲੈ ਲੈ ਪੈਕ ਓ 8 ਦਾ ਪੈਕ ਆ ਤੇ ਇਹ ਠੀਕ ਆ ਪੀਣੀ ਐਨੀ ਕੋਕ ਕੀ ਕਰਨੀ ਆ ਫਲੱਸ਼ਾਂ ਚ ਯੂਜ਼ ਤਾਂ ਨਹੀਂ ਕਰਦੇ ਕਿਤੇ ਧੋਣ ਦੇ ਯਾਰ ਕੈਨੇਡਾ ਵਾਲੇ ਦੱਸਿਓ ਮੈਨੂੰ ਕਮੈਂਟਾਂ ਕਰਕੇ ਇੰਨੀ ਕੋਕ ਵਿਕਦੀ ਉੱਥੇ ਕੈਨੇਡਾ ਚ ਤੇਰਾ ਭਲਾ ਹੋ ਜੇ ਚਲੋ ਹੁਣ ਚੱਲੀਏ ਘਰੇ ਕੇ ਇਹੀ ਕਮਲੇ ਆ ਕੱਲੇ ਮੇਰੀ ਬੱਸ ਹਲੇ ਹੈਗੀ ਆ 10 ਮਿੰਟ ਤੇ ਲੱਗੇ ਗਰੋਸਰੀ ਸਟੋਰ ਹੈਗਾ ਸੀ ਇਧਰੋਂ ਦੀ ਥੋੜਾ ਸਮਾਨ ਲੈਣਾ ਸੀ ਲੈ ਲਈਏ ਲੱਲਾ ਉਮੀ ਤੂੰ ਪੈਸੇ ਫੁੱਕਣੇ ਹੁੰਦੇ ਲੱਲਾ ਹੱਲ ਪਹਿਲੀ ਜੱਟਾ ਕਿੱਦਾਂ ਲੱਗਾ ਵਧੀਆ ਸੀ ਕੰਮ ਹਾਂ ਠੀਕ ਸੀ ਇਹਦੇ ਵਾਲ ਵੇਖ ਵਿਚਾਰੇ ਦੇ ਇੱਕ ਕੋਕ ਨਾ ਸਾਰੇ ਮਾਂ ਦੀ ਤੀ ਪੇਟੀ ਚੱਕ ਲਈ ਅੱਠਾਂ ਵਾਲੀ ਚੱਲ ਟੁੰਨਾ ਤਾਂ ਫਿਰ ਟੁੰਨਾ ਹੀ ਹੈ ਥੋੜਾ ਧੁੱਪੇ ਵੀ ਆ ਤੇ ਛਾਂ ਵੀ ਆ ਬਾਹਰ ਹੀ ਕਰਨਾ ਪੈਂਦਾ ਮੈਂ ਅੱਛਾ ਅੱਛਾ ਇੱਕ ਚੀਜ਼ ਵੇਖੀਏ ਇਹਨਾਂ ਨੂੰ ਕੰਮ ਬੜੀ ਛੇਤੀ ਮਿਲ ਜਾਂਦਾ ਕੈਨੇਡਾ ਜਾ ਕੇ ਹਨਾ ਜਿੰਨੇ ਗਏ ਜੀਵਨ ਪ੍ਰਭ ਵਾਲੀ ਹੋ ਗਈ ਇਹ ਹੋ ਗਈ ਹੋਰ ਨਰੂਲੇ ਨਰਾਲੇ ਹੋ ਗਏ ਸਾਰੇ ਲੈਟਰ ਮਟਰ ਮਿੰਟੋ ਮਿੰਟੀ ਕੰਮ ਮਿਲ ਜਾਂਦਾ ਕੁਛ ਇਹਨਾਂ ਦੇ ਲਿੰਕ ਹੁੰਦੇ ਜਾਂ ਵਲੌਗ ਵਲੂਗ ਪਲਾਉਂਦੇ ਹਨਾ ਜਾਂ ਉਹਦੇ ਲੋਕ ਆਖਦੇ ਦਵਾ ਦਿੰਦੇ ਪਰ ਕੁਛ ਹੱਥ ਪੱਲਾ ਮਾਰ ਲੈਂਦੇ ਯਾਰ ਭੱਜ ਭੁੱਜ ਕੇ ਜੇ ਜਿਵੇਂ ਉਹ ਰਿਜ਼ਿਊਮੇ ਦਿੱਤੇ ਆ ਕਹਿੰਦੇ ਅਸੀਂ ਸਨਸਕਰੀਨ ਲਾ ਕੇ ਜਾਇਆ ਕਰੋ ਫਿਰ ਸਨਸਕਰੀਨ ਠੰਡ ਹੋਣੀ ਆ ਠੰਡ ਲੱਗਣੀ ਸਨੋ ਚ ਬੰਦਾ ਇਹੀ ਚੱਕਰ ਹੈ ਬਾਕੀ ਵਧੀਆ ਰਿਹਾ ਸਭ ਜ਼ਿਆਦਾ ਔਖਾ ਨਹੀਂ ਸੀ ਠੀਕ ਸੀ ਵਧੀਆ ਲੱਗਾ ਚਲ ਸੋ ਅੱਜ ਥੋੜੇ ਪੈਰ ਤੱਦ ਹੁੰਦੇ ਆ ਇਹ ਤੂੰ ਕੋਟੀ ਨਹੀਂ ਕਟਾ ਲਾ ਚਲ ਤੇ ਹੋਰ ਕੀ ਦੱਸਾਂ ਐਕਸਪੀਰੀਅੰਸ ਆਪਣਾ ਤੁਹਾਨੂੰ ਦੱਸਦਾ ਮੈਨੂੰ ਮਹੀਨੇ ਬਾਅਦ ਕੰਮ ਮਿਲਿਆ ਪਰ ਮੇਰਾ ਜਿਹੜਾ ਦਾ ਮੈਂ ਲੱਭੋ ਅੱਛਾ ਮਹੀਨੇ ਬਾਅਦ ਮਿਲਿਆ ਕੇ ਨਾ ਰੋ ਇੱਥੇ ਸਹੀ ਦੱਸਾਂ ਜੇ ਖੁਦ ਲੱਭਣਾ ਪੈਂਦਾ ਵਾ ਮੈਨੂੰ ਲੱਗਦਾ ਤੈਨੂੰ ਸੁਣਾਈ ਜਾਂਦਾ ਐਂਜਲ ਕਿੱਥੇ ਤੇ ਡਿਪੈਂਡ ਨਾ ਰਹੋ ਐਂਜਲ ਤੇ ਡਿਪੈਂਡ ਨਾ ਰਹੋ ਵਲੋਗਾਂ ਵਲੋਗਾਂ ਦਾ ਕੋਈ ਯਾਰ ਵਲੋਗਾਂ 'ਚ ਕਮਾਈ ਵਧੀਆ ਵੈਸੇ ਤੁਸੀਂ ਸ਼ਿਵਮ ਨਾ ਕੰਮ ਕਰੇ ਤਾਂ ਪਰ ਰੋ ਰੋਜ਼ ਕਿੱਥੇ ਹੋ ਜੂ ਪਰ ਨਾ ਬੰਦੇ ਨੂੰ ਇੱਕ ਗੱਲ ਹੈ ਜੇ ਬੰਦਾ ਬਾਹਰ ਜਾਂਦਾ ਨਾ ਬਾਹਰ ਨੂੰ ਪਤਾ ਬਾਹਰ ਪੀ ਆਰ ਵੀ ਲੈਣੀ ਹੈ ਕੰਮ ਤਾਂ ਕਰਨਾ ਪੈਣਾ ਹੀ ਹੈ ਸੋ ਬੰਦੇ ਨੂੰ ਸੋਸ਼ਲ ਮੀਡੀਆ ਛੱਡ ਕੇ ਇਹ ਕੰਮ ਤਾਂ ਕਰਨਾ ਚਾਹੀਦਾ ਇਹ ਪਰ ਇਹਨੂੰ ਸਾਈਡ ਬਾਈ ਸਾਈਡ ਬਿਜ਼ਨਸ ਕਰ ਲਏ ਹਨਾ ਇਹ ਵਧੀਆ ਕੰਮ ਹੈ ਯੂਟਿਊਬ ਚਲਾਉਂਦੇ ਹੋ ਜੇ ਉਹ ਤੁਹਾਨੂੰ ਕੀ ਲੋੜ ਆ ਪਰ ਫਿਰ ਵੀ ਯਾਰ ਆ ਕੰਮ ਤੇ ਕੰਮ ਕਰਨਾ ਹੀ ਪੈਂਦਾ ਇੱਥੇ ਆ ਕੇ ਜੋ ਮਰਜ਼ੀ ਆ ਸਹੀ ਗੱਲ ਹੈ ਯੂਟਿਊਬਰ ਹੈ ਕੁਝ ਨਹੀਂ ਆ
ਕਿਉਂਕਿ ਯੂਟਿਊਬਰ ਤਾਂ ਆਪਦੀ ਥਾਂ ਰਹਿ ਗਏ ਨਾ, ਉਹੀ ਚੀਜ਼ ਮੈਂ ਸਲਾਹ ਦਿੱਤੀ ਕਿ ਯੂਟਿਊਬ ਸਾਈਡ ਬਾਏ ਸਾਈਡ ਚਲਾਓ। ਯੂਟਿਊਬ ਨੂੰ ਜੇ ਤੁਹਾਡਾ ਯੂਟਿਊਬ ਪੇਸ਼ਾ ਚਾਹੇ ਮਹੀਨੇ ਦੇ 10 ਲੱਖ ਕਿਉਂ ਨਾ ਕਮਾਈਏ, ਉਹਨੂੰ ਸਾਈਡ 'ਤੇ ਕਰ ਦਿਉ ਇੱਕ ਵਾਰੀ, ਹੋਰ ਕੰਮ ਕਰੋ। ਉਹ ਯਾਰ ਮਿਹਨਤ ਵਾਲਾ ਕੰਮ, ਉਹਨੇ ਪੀ ਆਰ ਦੇ, ਹੁਣ ਯੂਟਿਊਬ ਬੇਸ 'ਤੇ ਥੋੜ੍ਹੀ ਤੈਨੂੰ ਪੀ ਆਰ ਦੇ ਦੇਣਗੇ ਉਹ ਅਗਲੇ। ਸਹੀ ਗੱਲ, ਵੇਖੋ ਪੂਰੇ ਮਹੀਨੇ ਬਾਅਦ ਮਿਲਿਆ ਤੁਹਾਨੂੰ ਕੰਮ, ਹਨਾ। ਆਪਾਂ ਇੱਕ ਮਹੀਨਾ ਟਿਕੇ ਨੀ, ਹਨਾ, ਆਪਾਂ ਘੁੰਮਦੇ ਰਹੇ। ਆਪਾਂ ਘੁੰਮੇ ਸੀ ਜਦੋਂ ਆਏ, ਫਿਰ ਉਹ ਤੋਂ ਬਾਅਦ ਵੀ ਘੁੰਮੇ ਹੀ ਪਰ ਕੰਮ ਲੱਭਣ ਲਈ। ਫਿਰ ਆਪਾਂ ਸੜਕਾਂ ਸੁੜਕਾਂ ਤੇ ਜਿਵੇਂ ਅਲੱਗ ਅਲੱਗ ਗਏ ਸੀ, ਬਰਨ ਵੀ ਗਏ, ਲੈਂਗਲੀ ਗਏ, ਅਲੱਗ ਅਲੱਗ ਸ਼ਹਿਰਾਂ ਚ ਹਰ ਇੱਕ ਜਗ੍ਹਾ ਆਪਾਂ, ਹਨਾ, ਅਪਲਾਈ ਕੀਤਾ, ਹਰ ਇੱਕ ਜਗ੍ਹਾ ਰੈਜ਼ਿਊਮੇ ਡ੍ਰੌਪ ਕੀਤੇ, ਇੰਡੀਡ ਤੇ ਵੀ ਕੀਤਾ ਰੈਜ਼ਿਊਮੇ। ਚਲੋ ਠੀਕ ਆ, ਸੈਟੀਸਫਾਈਡ ਹੋ ਵੇਲੋ ਵਿਆਹੇ ਵਾਲੇ ਬੰਦੇ ਨੂੰ। ਇੱਕ ਜਿੱਥੇ ਜਾਂਦੇ ਹੋ ਬਾਹਰ, ਹਨਾ, ਜਿਵੇਂ ਜਿਹੜਾ ਕੰਮ ਮਿਲਦਾ ਇੱਕ ਵਾਰੀ ਫੜ ਲਿਆ ਕਰੋ, ਉਦੋਂ ਗਾਂਹ ਫਿਰ ਹੋਰ ਟਰਾਈਆਂ ਮਾਰਿਆ ਕਰੋ। ਪਹਿਲਾਂ ਇਹਨਾਂ ਵੱਡੇ ਕੰਮ ਲੱਭਣ 'ਚ ਰਿਹਾ ਕਰੋ, ਮੈਂ ਤਾਂ ਆਹੀ ਕਰਨਾ ਆਹੀ ਕਰਨਾ, ਨਹੀਂ ਜਿਹੜਾ ਮਿਲਦਾ ਇੱਕ ਵਾਰੀ ਕਰ ਲਓ। ਖਾਲੀ ਬਹਿਣ ਨਾਲੋਂ ਚਾਰ ਜੇਬ ਚਾਏ ਚੰਗੇ ਹੈ ਕਿ ਨਹੀਂ। ਅੱਲਾ, ਪੈਰ ਕੁੱਟਣ ਲੱਗ। ਚੱਲ ਜਿਹੜੇ ਵਿਚਾਰੇ ਕੁਆਰੇ ਸਟੂਡੈਂਟ ਆਉਂਦੇ ਆ ਨਾ, ਜਿਹੜੇ ਕੁਆਰੇ ਸਟੂਡੈਂਟ ਨੂੰ ਇਹ ਆ, ਉਹ ਵਾਲ ਰੰਗਾਉਣ ਵਾਲੀ ਤਾਂ ਹੈ ਨਹੀਂ ਕੋਈ, ਨੁਕਸਾਨ ਵੀ ਨਾਲ ਨਾਲ ਗਣਾਇਆ ਕਰੋ, ਬੈਨੀਫਿਟ ਦੇ ਨਾਲ ਨਾਲ ਲੋਸ ਵੀ ਬਹੁਤ ਆ। ਵਾਲ ਰੰਗਾ ਕੇ ਆਈਏ, ਕੋਕ ਤੇ ਸ਼ੈਂਪੂ ਤੋਂ ਲੈ ਕੇ ਆਈਏ, ਵਿੱਚੋਂ ਹੋਰ ਵੀ 6 ਤਰ੍ਹਾਂ ਦੀਆਂ ਚੀਜ਼ਾਂ ਕੱਢੋ, ਕਿਉਂਕਿ ਮੈਨੂੰ ਪਤਾ ਹੈ ਅੱਜ ਤਾਂ ਵੇਖਦਾ ਕੋਈ ਉਹਨੂੰ ਮੈਂ। ਜਦੋਂ ਤੇ ਰੋਮਾਂਚਿਕ ਪ੍ਰੋਗਰਾਮ ਕਰਨਗੇ ਤਾਂ ਹੀ ਤਾਂ ਇੱਥੇ ਆਈ ਜਾਂਦੇ ਆ। ਠੀਕਾ ਵਾਰੀ ਵਾਰੀ ਕੱਢ ਲਈ ਕੀ ਅੱਲ ਕਿਆ ਸੀ ਨਾ, ਰੰਗ ਬਰੰਗੀ ਚੀਜ਼ਾਂ ਖਰਚੇ ਨੂੰ ਥਾਂ। ਲੋਰੈਂਸ ਲੋਰੈਂਸ ਕਿਧਰੋਂ ਯਾਦ ਆਈ ਤੈਨੂੰ? ਅੱਛਾ ਫੇਰ ਮੈਂ ਕਿਤੇ ਭੁੰਨ ਕੇ ਭੁੰਨ ਕੇ ਭੁੰਨ ਕੇ ਸਵਾਦ ਲੱਗਦੀ ਨੀ, ਬੈਗ ਭਰ ਕੇ ਲਿਆਈਏ। ਤੀਜੀ ਪਰ ਰੱਖਤੀ ਚੀਜ਼ ਲੈ, ਅੱਛਾ ਆਹੀ ਲਿਆਂਦਾ ਬਸ। ਲੋ ਗਾਇਸ, ਫਾਈਨਲੀ ਮੈਗੀ ਬਣਾਤੀ ਆ। ਉਹ ਭਰਾਵਾ ਮੈਗੀਆਂ ਵਾਲਾ ਕੰਮ ਹੀ ਬੜਾ ਰਹੂੰਗਾ, ਮੈਗੀਆਂ ਨਾ ਖਾਇਆ ਕਰੋ ਯਾਰ। ਜਦੋਂ ਐਮਰਜੈਂਸੀ ਪਵੇ ਮੈਗੀ ਪੀਜ਼ਾ ਖਾਓ, ਪਰ ਰੋਟੀਆਂ ਦੇ ਵੱਟੇ, ਮੈਂ ਕਹਿੰਦਾ ਪਰੌਂਠਿਆਂ ਦੇ ਵੱਟੇ ਚਾੜਿਆ ਕਰੋ, ਜ਼ਿਆਦਾ ਬੈਟਰ ਆ। ਕਿੰਨੀ ਘੈਂਟ ਲੱਗਣ ਦੀ ਮੈਗੀ ਨਾਲ ਤਾਂ ਕੰਮ ਕਰਨੇ ਔਖੀ ਆ ਨਾ, ਮਸਾਲੇ ਪਾਏ। ਅੱਛਾ, ਸੋ ਐਂਜਲ ਨੇ ਬਣਾਈ ਆ? ਹੈ ਐਂਜਲ, ਤੂੰ ਬਣਾਈ ਨਾ? ਹਾਂ, ਇਕੱਠਿਆਂ ਨੇ ਬਣਾਉਣ ਨੂੰ ਕੀ ਮੈਗੀ ਕੀ ਪੈਰਾਂ ਨਾਲ ਘੋਲੀ ਸੀਗੀ, ਉਹ ਨਹੀਂ ਵੇਖਿਆ ਗੋਲਗੱਪਿਆਂ ਵਾਲੇ ਆਟਾ ਕੋਈ ਇੰਨੇ ਹੁੰਦੇ ਆ ਪੈਰਾਂ ਨਾਲ, ਕਿ ਵਿੱਚ ਨੱਚੇ ਸੀ ਤੋੜਨ ਲੱਗੇ ਇਕੱਠਿਆਂ ਨੇ, ਇਕੱਠਿਆਂ ਨੇ ਕੜਛੀ ਮਾਰੀ, ਤੂੰ ਵੀ ਕੜਛੀ ਨੇ ਹੱਥ ਫੜ, ਹੈਪੀ ਬਰਥਡੇ ਕੀ ਯਾਰ, ਕੁਛ ਵੀ ਨਹੀਂ ਸੀਗਾ। ਸੋ ਟੋਨੇ ਨੂੰ ਕੰਮ ਮਿਲ ਗਿਆ, ਮਹੀਨੇ ਬਾਅਦ ਮਿਲਿਆ ਯਾਰ, ਮਿਲਣ ਕਦੇ 2-4 ਦਿਨ ਜਾ ਕੇ ਲੱਗ ਗਿਆ, ਫਿਰ ਮਖਾਉਂਦੇ ਇਕੱਠੇ ਮਾਂ ਜਦੇ। ਚਲੋ ਚਲੋ ਖਤਮ, ਸਬਸਕ੍ਰਾਈਬ ਬਟਨ ਬੋਲਣ ਦਾ ਟਾਈਮ ਹੀ ਨਹੀਂ ਹੁੰਦਾ, ਤਾਂ ਹੀ ਪਹਿਲਾਂ ਬੋਲ ਜਾਂਦੇ ਆ। ਸੋ ਇਹ ਸੀ ਟੋਨੇ ਦਾ ਕੰਮ, ਸੋ ਟੋਨੇ ਨੂੰ ਕੰਮ ਮਿਲ ਗਿਆ, ਵਧਾਈਆਂ ਟੋਨੇ, ਸੋ ਬਹੁਤ ਜ਼ਿਆਦਾ। ਸੋ ਬਾਏ ਗਾਇਸ, ਮੈਂ ਵੀ ਬੰਗਾਲ ਵਾਲ ਰੰਗਾਂ ਚੱਲੀ ਹੈ ਫਾਇਦਾ। ਸੋ ਪੋਜ਼ਿਟਿਵ ਰਿਹਾ ਕਰੋ ਯਾਰ ਕਨੇਡਾ ਵਾਲਿਓ, ਤੁਸੀਂ ਯਾਰ ਬਾਹਲਾ ਜ਼ਿਆਦਾ ਔਖਾ ਹੋਇਆ ਪਿਆ ਯਾਰ ਕਈਆਂ ਦਾ, ਤਾਂ ਕੋਈ ਚੱਕਰ ਨਹੀਂ, ਪਰ ਹੈਲਪ ਕਰੋ ਜਿੰਨੀ ਹੁੰਦੀ ਹੈ ਇੱਕ ਵਾਰੀ ਇੱਕ ਦੂਜੇ ਦੀ, ਯਾਰ ਬੱਲੀ ਭਰਾਵਾਂ ਭੈਣਾਂ ਸਾਰੇ ਜਣੇ ਕੰਮ ਲੱਭ ਜਾਣੇ ਆ, ਜਿਹਨਾਂ ਨੂੰ ਨਹੀਂ ਮਿਲੇ ਸਭ ਮਿਲ ਜਾਣੇ, ਟੈਨਸ਼ਨ ਫਰੀ ਆ, ਜ਼ਿੰਦਗੀ ਚਿੱਲ ਰੱਖਿਆ ਕਰੋ। ਕਨੇਡਾ ਨਾ ਹੀ ਬਹੁਤ ਵੱਡਾ, ਕਨੇਡਾ ਦਾ ਪਾਸਪੋਰਟ ਦਿਓ, ਉਹ ਕਨੇਡਾ ਸਟੈਂਪ ਤੇਰਾ ਭਲਾ ਹੋ ਜੇ, ਭਾਵੇਂ ਭੁੱਖੇ ਮਾਰਦੇ ਹੋ ਕੋਈ ਗੱਲ ਨਹੀਂ, ਪਰ ਬਹੁਤ ਅਮੀਰ ਹੋ ਤੁਸੀਂ ਕਾਕਾ। ਸੋ ਓਕੇ ਜਵਾਬ ਮਿਲਦੇ ਫਿਰ ਅਗਲੇ ਗੱਲਾਂ ਬਾਤਾਂ ਦੇ ਰੋਮਾਂਚਿਕ ਪ੍ਰੋਗਰਾਮ ਦੇ ਵਿੱਚ। ਬਾਏ ਬਾਏ ਟੁੰਨਾ, ਕੋਕ ਵਲੋਗ ਸੀਗਾ, ਕੋਕ ਦੀ ਪੇਟੀ ਨਹੀਂ ਕੱਢੀ ਉਹ, ਇੱਕ ਤਾਂ ਨਾ ਕਈ ਚੀਜ਼ਾਂ ਵਲੋਗ 'ਚ ਸਿਰਫ ਵਿਖਾਉਣ ਨੂੰ ਚੱਕ ਲੈਂਦੇ ਆ, ਬਾਅਦ 'ਚੋਂ ਫਿਰ ਉੱਥੇ ਰੱਖ ਦਿੰਦੇ ਆ, ਬਹੁਤ ਤੇਜ਼ ਆ ਕਾਕਾ ਟੁੰਨਾ, ਤੈਨੂੰ ਫੜਨਾ ਮੈਂ। ਸਬਸਕ੍ਰਾਈਬ ਕਰ ਦਿਓ ਚੈਨਲ ਨੂੰ, ਬਾਏ ਬਾਏ। ਨਾਈਸ ਆ, ਆ ਟੂ ਗੁੱਡ ਆ, ਬਾਏ।